ਗਵਾਂਢੀ ਤੁਲਵੇ ਕਿਤੋਂ ਵੀ ਲਵੇ ਆੜਤੀਆ ਮੈਨੂੰ ਪੈਸੇ ਦੇ ਕੇ ਮੇਰੀ ਮਦਦ ਕਰੂਗਾ ਹਰ ਹਾਲਤ। ਫਿਰ ਇਹ ਕਹਿੰਦੇ ਜੀ ਆੜਤੀਆਂ ਤਾਂ ਵਿਚੋਲੀਏ ਨੇ, ਵਿਚੋਲੀਏ ਕਹਿੰਦੇ ਨੇ ਆੜਤੀ। ਬੇਰੁਜ਼ਗਾਰੀ ਦੇ ਕਾਰਨ ਐਮ ਏ ਡਬ, ਮੇਰਾ ਲੜਕਾ ਡਬਲ ਐਮ ਏ ਬੀ ਐਡ ਹੈ, ਖੇਤੀ ਕਰ ਰਿਹਾ। ਇਹੋ ਜਿਹੇ ਕਿਸਾਨਾਂ ਨੂੰ ਗੁੰਮਰਾਹ ਕੌਣ ਕਰ ਦੂ? ਅੱਜ ਇਹ ਕਹਿ ਰਹੇ ਨੇ ਜੀ ਕਾਂਗਰਸ ਗੁੰਮਰਾਹ ਕਰ ਰਹੀ ਹੈ। ਜਦੋਂ ਕਾਂਗਰਸ ਨੇ ਮਨਮੋਹਨ ਸਰਕਾਰ ਵੇਲੇ ਇਹ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ, ਇਹੀ ਭਾਜਪਾ ਵਾਲਿਆਂ ਨੇ ਉਹਨਾਂ ਦਾ ਵਿਰੋਧ ਕੀਤਾ। ਅੱਜ ਜੇ ਇਹ ਕਹਿ ਰਹੇ ਨੇ ਜੀ ਅਸੀਂ ਕਿਸਾਨਾਂ ਦੇ ਹਿੱਤ 'ਚ, ਕੀ ਹਿੱਤ 'ਚੋਂ ਵੀ ਕਿਸਾਨਾਂ ਦੇ ਕੀ ਹਿੱਤ ਦੀ ਕਿਸਾਨਾਂ ਦੀ ਗੱਲ ਕਰੀਏ? ਇਹ ਅਕਸਰ ਅੱਜ ਨਾ ਕੱਲ ਨਾ ਮਹੀਨਾ ਜਾਂ ਦੋ ਮਹੀਨਿਆਂ ਨੂੰ ਇਹ ਵਾਪਸ ਲੈਣਾ ਪਊਗਾ। ਇਹ ਸਭ ਇਹਦੀ ਬਕਵਾਸ ਹੈ ਅਤੇ ਇਹ ਕਿਸਾਨਾਂ ਵਾਸਤੇ ਕੁਛ ਨਹੀਂ ਕਰ ਰਿਹਾ। ਇਹ ਇੱਕ ਮੋਦੀ ਦਾ ਚਮਚਾ ਸਮਝ ਲਓ ਵੀ ਚਮਚਾ ਹੈ ਮੋਦੀ ਦਾ। ਉਹਨਾਂ ਕਿਸਾਨਾਂ ਖਾਤਰ ਪਾਵੇ ਮਰਦਾ ਖਾਤਰਾ ਹੁੰਡ ਲਾ ਕੇ ਜਾਵਾਂਗੇ, ਬੱਚਾ ਝੁੜ ਜਾਂਦਾ ਲਾ ਕੇ ਜਾਵਾਂਗੇ। ਮੇਰੇ ਕੋਲ ਜ਼ਮੀਨ ਨਹੀਂ, ਮੈਂ ਮਜ਼ਦੂਰ ਹਾਂ, ਪਰ ਮੈਂ ਕਿਸਾਨਾਂ ਦੇ ਨਾਲ ਹਾਂ ਕਿਉਂਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨ ਦਾ ਦਿੱਤਾ ਹੀ ਖਾਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਆਵਾਜ਼ ਕੌਮ ਟੀ ਵੀ ਦੇਖ ਰਹੇ ਹੋ ਤੁਸੀਂ। ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਲਖਮੀਰਵਾਲਾ ਦੇ ਵਿੱਚ। ਇੱਥੇ ਜਿਹੜਾ ਦਿੱਲੀ ਮੋਰਚੇ ਦੇ ਕਿਸਾਨ ਡਟੇ ਹੋਏ ਨੇ ਉਹਨਾਂ ਲਈ ਖੋਏ ਦੀਆਂ ਪਿੰਨੀਆਂ ਵੱਟ ਕੇ ਭੇਜੀਆਂ ਜਾ ਰਹੀਆਂ ਨੇ। ਅੱਜ ਇੱਥੇ ਜਿਹੜੇ ਕਿਸਾਨ ਆ ਉਹਨਾਂ ਨਾਲ ਗੱਲਬਾਤ ਕਰਾਂਗੇ, ਇਹ ਖੁਦ ਵੀ ਉੱਥੇ ਜਾ ਰਹੇ ਨੇ ਅਤੇ ਜਿਹੜੇ ਖੋਏ ਦੀਆਂ ਪਿੰਨੀਆਂ ਅਤੇ ਹੋਰ ਵੀ ਜਿਹੜਾ ਵੀ ਕੋਈ ਉਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਇੱਥੋਂ ਪਹੁੰਚਾ ਰਹੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸੀਂ ਜੀ ਪਿੰਡ ਲਖਮੀਰਵਾਲਾ ਜ਼ਿਲ੍ਹਾ ਮਾਨਸਾ ਤਹਿਸੀਲ ਬੁਢਲਾਡਾ ਦੇ ਵਸਨੀਕ ਹਾਂ। ਅਸੀਂ ਸਾਡੀ ਕ੍ਰਾਂਤੀਕਾਰੀ ਯੂਨੀਅਨ ਅਤੇ ਸਾਰੇ ਨਗਰ ਨਿਵਾਸੀਆਂ ਦੀ ਮਦਦ ਨਾਲ ਸਾਰੇ ਪਿੰਡ 'ਚੋਂ ਪਿਛਲੇ ਦੋ ਤਿੰਨ ਦਿਨਾਂ 'ਚੋਂ ਦੁੱਧ ਇਕੱਠਾ ਕੀਤਾ। ਦੁੱਧ ਇਕੱਠਾ ਕਰਕੇ ਖੋਆ ਬਣਾ ਕੇ ਬੀਬੀਆਂ ਮਾਈਆਂ ਦੀ ਸਾਰੇ ਨਗਰ ਦੀ ਸਹਿਮਤੀ ਨਾਲ ਸੇਵਾਦਾਰਾਂ ਦੇ ਕੰਮ ਕਾਰ ਕਰਕੇ ਅਸੀਂ ਘੱਟੋ ਘੱਟ 15 ਮਣ ਪੱਕਾ ਖੋਆ ਜਿਹੜੇ ਸਾਡੇ ਕਿਸਾਨ ਭਰਾ ਦਿੱਲੀ ਸਿੰਘੂ ਟੀਕਰੀ ਬਾਰਡਰ 'ਤੇ ਮੋਰਚਾ ਲਾਈ ਬੈਠੇ ਨੇ ਉਹਦੇ ਮਹੀਨੇ ਦੀਆਂ ਰਾਤਾਂ ਦੇ ਵਿੱਚ ਅਸੀਂ ਉਹਨਾਂ ਵਾਸਤੇ ਇਹ ਖਾਣ ਵਾਸਤੇ ਗਰਮ ਖੋਆ ਬਣਾ ਕੇ ਭੇਜ ਰਹੇ। ਜਿਹੜੇ ਆਪਣੇ ਕਿਸਾਨ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਕਿ ਕਿੰਨਾ ਕੁ ਟਾਈਮ ਲੰਗਰ ਪਹੁੰਚੂ ਇਹਨਾਂ ਤੱਕ, ਆਖਰ ਨੂੰ ਥੱਕ ਕੇ ਇਹਨਾਂ ਨੂੰ ਮੁੜਨਾ ਪਊਗਾ ਜਾਂ ਹਾਰਨਾ ਪਊਗਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਸਾਡਾ ਲੰਗਰ ਤਾਂ ਸਾਡੇ ਕੋਲ ਢੋਲਾਂ ਦੇ ਢੋਲ ਕਣਕਾਂ ਦੇ ਭਰੇ ਪਏ ਨੇ, ਦਾਲਾਂ ਸਾਡੀਆਂ ਆਪਦੀਆਂ ਨੇ, ਸਬਜ਼ੀ ਸਾਡੀ ਆਪਦੀ ਖੇਤਾਂ 'ਚ ਆਮ ਹੈ ਅਤੇ ਜਦੋਂ ਉੱਥੋਂ ਸਾਡੇ ਕੋਲੋਂ ਸੱਦਾ ਪੱਤਰ ਆਉਂਦਾ ਅਸੀਂ ਉੱਥੇ ਦੋ ਦੋ ਤਿੰਨ ਤਿੰਨ ਮਹੀਨਿਆਂ ਦਾ ਰਾਸ਼ਨ ਇਕੱਠਾ ਟਰਾਲੀਆਂ ਭਰ ਕੇ ਲੈ ਜਾਂਦੇ, ਲੱਕੜਾਂ ਦੀਆਂ ਟਰਾਲੀਆਂ, ਕਣਕ ਆਟਾ ਪਸਿਆ ਕੇ, ਘਿਓ ਦੇ ਟੀਨ, ਸਬਜ਼ੀਆਂ ਦੀਆਂ ਗੱਡੀਆਂ, ਟਰੱਕਾਂ ਦੇ ਟਰੱਕ ਲੈ ਕੇ ਜਾ ਰਹੇ ਹਾਂ। ਉੱਥੇ ਬੇਸ਼ੱਕ ਸੰਘਰਸ਼ ਸਾਡਾ ਇੱਕ ਸਾਲ ਚੱਲਿਆ ਸੀ ਉਹਨਾਂ ਕਿਸਾਨ ਵੀਰਾਂ ਵਾਸਤੇ, ਭਰਾਵਾਂ ਵਾਸਤੇ ਜਿਹੜੇ ਇੰਨੇ ਠੰਡ 'ਚ ਠਰੂ ਕਰ ਰਹੇ ਨੇ। ਕੁਛ ਸਾਡੇ ਕਿਸਾਨ ਵੀਰ ਸ਼ਹੀਦੀਆਂ ਵੀ ਪਾ ਗਏ, ਇੱਕ ਸਾਡੇ ਸੰਤ ਜੀ ਗਏ ਉੱਥੇ, ਉਹਨਾਂ ਨੇ ਆਪਣੇ ਪਿਸਟਲ ਨਾਲ ਖੁਦਕੁਸ਼ੀ ਕਰ ਲਈ। ਉਹਨਾਂ ਵਾਸਤੇ ਕੀ ਅਸੀਂ ਉਹਨਾਂ ਨੂੰ ਉੱਥੇ ਬੈਠੇ ਭੁੱਖੇ ਰਹਿਣ ਦੇਵਾਂਗੇ? ਅਸੀਂ ਪਿੰਡਾਂ ਦੇ ਵਿੱਚ ਸਾਡੀ ਇਹੀ ਰੋਜ਼ ਚਰਚਾ ਵਾਰਤਾ ਹੁੰਦੀ ਹੈ ਵੀ ਕਿਸੇ ਵੀ ਯੂਨੀਅਨ ਕੋਈ ਵੀ ਆਉਂਦੀ ਹੈ, ਹਰੇਕ ਯੂਨੀਅਨ ਦੀ ਵੱਧ ਤੋਂ ਵੱਧ ਦਾਨ ਦੀ, ਧਨ ਦੀ, ਧਨ ਮਨ ਨਾਲ ਅਸੀਂ ਸੇਵਾ ਕਰਾਂਗੇ, ਕਰਦੇ ਰਹਾਂਗੇ, ਬੇਸ਼ੱਕ ਇਹ ਸਾਲ ਭਰ ਸੰਘਰਸ਼ ਚੱਲੇ। ਸਾਡਾ ਲੰਗਰ ਤਾਂ ਗੁਰੂ ਨਾਨਕ ਦੇ ਟਾਈਮ ਜੀ ਤੋਂ ਚੱਲ ਰਿਹਾ। ਇਹ ਤਾਂ ਜੋ ਲੰਗਰ ਦੀ ਪਰਥ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਭੇਜੇ ਸੀ ਤਾਂ ਅੱਗੇ ਜਾ ਕੇ ਉਹਨਾਂ ਨੂੰ ਰਸਤੇ ਦੇ ਵਿੱਚ ਭੁੱਖੇ ਸਾਧੂਆਂ ਦੀ ਟੰਡਲੀ ਬੈਠੀ ਮਿਲੀ। ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਤਾਂ ਉਹਨਾਂ ਨੇ ਸੰਤਾਂ ਨੇ, ਜਿਹੜਾ ਉਹਨਾਂ ਸੰਤਾਂ ਦਾ ਗੁਰੂ ਸੀ ਉਹ ਸੀ ਸੰਤ ਰੇਣਦਾਸ ਜੀ। ਇੱਥੇ ਹੁਣ ਮੈਂ ਇੱਕ ਹੋਰ ਕਹੂੰ, ਸਾਡੇ ਲੋਕ ਕਹਿੰਦੇ ਨੇ ਵੀ ਉਹ ਗੁਰੂ ਨਾਨਕ ਦੇਵ ਜੀ ਦਾ ਗੁਰੂ ਸੀ, ਨਹੀਂ, ਉਹ ਉਹਨਾਂ ਸੰਤਾਂ ਦਾ ਗੁਰੂ ਸੀ ਸੰਤ ਰੇਣਦਾਸ, ਜਿਹੜਾ ਮੇਨ ਸੀ। ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਮੰਗ ਰੱਖੀ ਵੀ ਭਾਈ ਅਸੀਂ ਪਿਛਲੇ ਦੋ ਦਿਨਾਂ ਤੋਂ ਭੁੱਖੇ ਚੱਲ ਰਹੇ ਹਾਂ ਅਤੇ ਸਾਡਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਚੱਲ ਆਹ 20 ਰੁਪਏ ਜੋ ਪਿਤਾ ਜੀ ਨੇ ਆਪਾਂ ਨੂੰ ਦਿੱਤੇ ਨੇ ਇਹਨਾਂ ਦਾ ਆਪਾਂ ਸੱਚਾ ਸੌਦਾ ਕਰਕੇ ਇਹਨਾਂ ਨੂੰ ਭੋਜਨ ਕਰਾਈਏ। ਉਹਨਾਂ ਨੂੰ ਭੋਜਨ ਚੁਕਾਇਆ, ਉਦੋਂ ਤੋਂ ਇਹ
गुरु के लंगर की प्रथा चली आ रही है और रही दुनिया तक चलती रहेगी। जिहड़ा अगे मतलब उत्थे किसान होर बैठे है कुछ अजे फिर भी घर बैठे बहुत लोग उन्होंने तुसीं की कहना चाहो? ओहो असी जिहड़े किसान उत्थे बैठे जी असी शिफ्टां बनाईआं होईआं साढ़े पिंड चों तकरीबन 200 किसानां दा जथा उत्थे बैठा है। जदों उन्होंने का उन्होंने कॉल की भी भाई थोड़ा बहुत घर की प्रॉब्लम है तो 200 का जथा इत्थे दोबारा होर तैयार खड़ा है जाण वास्ते उन्हों का फोन आउण दी देर है ट्रालियां तैयार ने फटाफट कूच फार दिल्ली अंबानी ते अडानिया दे बिजनेस नूं ठप करने वास्ते अपने मुहिम चल रही है जिवें जियो दे टावर बंद करते सिम बंद करते उस नूं लैके किवें हुंगारा मिलिया थोड़े पिंड विच जां आस पास किवें? इह जी जिहड़ी भाई अज एक कैप्टन साहब का बयान सी भी सरकारी प्रॉपर्टी नूं नुकसान नहीं पहुँचाना वैसे साडा फर्ज भी बनता भी सरकारी प्रॉपर्टी है जिहड़ी उहनूं नुकसान ना पहुँचाइए शांति नाल अपना अंदोलन जारी रखिए। पर जदों उपरों साडे लीडरां दे आदेश आउंदे ने भी ये टावर बंद करो ये अडानी अबानी का मामला है उदों यह सानू कार्रवाई करनी पवेगी जदों सानू आर्डर साडे लीडर तो मिलेगा। आप सिम भी बंद कर सकते जिमें भी आप जे अपन टावर बंद की जरूरत ही नहीं पैनी करन दी जे आप सारे जिन्हें भी अपने को सिम ने जिमें अडानी का जिहड़ा फारच्यून ब्रांड है वो अपन तेल घ्यो आ चीज़ आप बंद ही कर दी बिल्कुल वो तो ऑलरेडी बंद करने शुरू करते जी लोगों ने जोड़े सूझबान ने उन्होंने जिदे तो संघर्ष चलिया उदों तो करते तो हूँ गाह जे नौजवान मुंडे ने वो अगे दस रहे ने असी कर रहे हैं तो उन्होंने की लगता है हम अगे भी की अपने संघर्ष का की नतीजा होगा तो कदों तक आ सकता है मोदी ने गोडनिया कदों तक लग सकता ये जी जदों हिंदुस्तान आह सॉरी पंजाब तो हरियाणा बनया उदू बाद मोर्चा लग्या सी पंजाबी सूबा बनन दा जैतो वाला मोर्चा 1947 तो बाद जैतो दा मोर्चा लग्या सी ए जो मोर्चा हुण इत्थे किसानां दा चल रहा है ये उस जैतो वाले मोर्चे नालों भी वड्डा मोर्चा है। अक्सर किसान जित के ही उत्थों वापस आउणगे मोदी नूं इह वापस लैणा ही लएगा किसानां ने तां इह कानून मंगे ही नहीं किसानां दी मंग सी स्वामीनाथन कमीशन की रिपोर्ट लागू करो तो MSC ते मंडीकरण बहार रहना चाहिए ये तो इन्होंने अपनी मर्जी नाल ही अडानी ते अबानी नूं किसानी नूं गहने रख के गरीबा मजदूरां दा जिहड़ा एरा वगैरह राशन वगैरह बिजली मुफ्त सी वह बंद करने मारा ने इन्होंने थोपता भी असी तो कर नहीं सकते आपां किसानी नूं अडानी ते अबानी नूं बेच दिओ अडानी अबानी आप इन्हां दा यह सारा कुछ बंद कर दू किसानियां जिहड़ी रेते च रोजू जे ये कानून लागू हुंदा अज उत्तरी बिहार दे विच ये कानून है नहीं बिहार अज सारे हिंदुस्तान दे विच दिहाड़ी करदा घूम रहा सूनू ही पता है घूम रहा नहीं घूम रहा ये हाल अज साडे हरियाणा ते पंजाब दे किसानां दा ये हो जू असीं भी वड्डे वड्डे जिल्यां दे विच जाके घूमांगे जां जिवें पहलां पुराने रजवाड़े से साडे इत्थे बाजे वाला पिंड पैंदा उत्थे सरदार सी ओह सरदार की करदा जदों बुढ़ियां रोटी दे के वापस आउंदियां उदों उहनां दे टोकरे फरोलदा उदों ज़्यादा बाजरा जां छोलुआ हुंदा वो देखदा भी कै छिट्टे ने तेरे कोले मेरे कोले 8 छिट्टे ने भाई आपदे चौथे हिस्से दे 2 लै जा 6 मेरे इत्थे रख जा ये साडे पंजाब दे ते हरियाणे दे किसानां दी ये हालात हो जाणियां कानून लागू होण दे नाल। अज जो आड़तिया वर्ग ते किसान है 9 मास दा रिश्ता है खुदा ना खासता हुण मैनू कोई प्रॉब्लम होगी जां रात नूं मैनू कोई प्रॉब्लम होगी बैंक 2 दिन बंद है छुट्टी है ATM च पैसा नहीं मेरे कोले पैसा नहीं पिंड चो मैनू पैसा दे नहीं रहा कोई तो मैं कित्थे जाऊँ मैं आड़ती कोले जाऊँ आड़ती मैनू अपने सोना गहने रखे अपना कुछ भी रखे गमांडी तो लवे कितों भी लवे आड़ती मैनू पैसे दे के मेरी मदद करूँगा हर हालत करूँ फिर ये कहें जी आड़ती बचोलीए ने बचोलीए कहते ने आड़ती जो हूँ आड़ती तो मैं पैसे लए ने तो मैं फसल आड़ती बेचूँ तू सोनू क्यों बेचूँ है जी ये गल है कोई बचोलिया नहीं कोई अजकल एडा किसान बुद्धू नहीं हरेक मुंडा MA BA पढ़े मुंडे किसानी कर रहे ने क्यों साडे हिंदुस्तान च रुजगार तो बहुत मिल रहा ना बेरोजगारी दे कारण MA डबल मेरा लड़का डबल MA BEd है खेती कर रहा है यह जे किसानों नूं गुमराह कौन कर दू अजे कह रहे ने जी कांग्रेस गुमराह कर रही है जदों कांग्रेस ने मनमोहन सरकार वेले ये कानून बनाउण दी कोशिश की यही भाजपा वालिया ने उन्हां दा विरोध किया अज जे ये कह रहे हैं जी असी किसानां दे हित चा की हित चों भी किसानां दे की हित दी किसानां दी गल करिए
किसानों ने सोतों कानून मंगया नो कानून बनाने तो पहला तुसी 40 जसेबंदियों के नुमाइंदों सदते उन्हों तो राय लेंदे भी भाई तुसी असी आ कानून बनाने तुसी राय दो की दें फिर तो असी यह किसानी के हित च ये तो किसान मारू नीति है। थोनों की लगता है भी मोदी आ अंदाजा सगा भी आ स्थिति हो जूगी जी किसानों के संघर्ष शुरू है। मोदी ने आख्या भी वह 370 से 35 खत्म करती इवें जिमें किसान से थोप दौ करोना की आड़ लैके इन्होंने चुप चुपीते पास करते हूँ इन्हों जवाब देना मुश्क सप्प के मूँह च किरली है जे तो किरली सप्प खाता है छिपकली कह लो किरली कह दो किरली सप्प खाता तो मरद जे छड़ तो मरद ये है जी हूँ इनू यह अक्सर अज ना कल ना महीना या दो महीनों यह वापस लेना पेगा। साढ़े पहला उत्थे सिंघू बार्डर से भी साढ़े रिटायर्ड जरनैल साहब ने ऑर्डर किया भी जे मोदी ये कानून वापस नहीं लैंदा तो 26 जनवरी जिन्हें भी सानू कोई भी किसी भी रैंक दे बंदे कोल जो भी मैडल मिले ने असी बोरिया च पा के सदन दे उत्थे सुट के आवांगे। मैं पिंड लखमीर वाले चो पिंड पद्धर ते भी मैं ये ऐलान करदा हाँ कि पिंड लखमीर वाले दे विच जिन्हें सबका सैनिक ने उन्हां जो भी मैडल मिले हुए ने वो असी 26 जनवरी वाले दिन जो साडे रिटायर्ड जरनैल साहब ने सिंघू बार्डर ते ऐलान किया सी मैं उन्हां दा समर्थन करदा हाँ अते असी जिन्हें भी लखमीर वाले दे सबका सैनिक हाँ जिन्हां कोल जो जो भी मैडल हैं असी साडे ओ रिटायर्ड जरनैल साहब की हाजरी दे विच उत्थे संसद भवन दे विच वापस करके आवां। थैंक यू धन्यवाद। अज की कहना चाहूँगा जरा थोड़े पिंड वालों जो उपराला किया जा रहा है गोहे पीने भेजे देखो जी जरा यह अंदोलन चल रहा एक महीना हो गया पोदा महीना चल रहा है किसान ठंड बहुत ज़्यादा है वैसे उत्थे किसी चीज़ की घाट नहीं हैगी फिर भी साडा पिंड पद्धर ते फर्ज बनता है भी असं अपने पिंडों कुछ ना कुछ त्याग करके उत्थे किसानों वास्ते लेके जाइए तो साडे जिहड़ी क्रांतिकारी यूनियन है उन्हां दे नुमाइंदे ने ते पिंड दे सारे जिन्हें भी वीर ने सारे दे सहयोग सदक असी पिंड चो 2-3 दिन हो गए दुध इकट्ठा किया तो अज असी खोआ बनाया तो माता पिनियां बट रही ने तो असी इतों आपदे घट्टो घट 15 मन खोआ लेके जावे 1 तरीक नूं असी इतों रवाना होना तो साढ़े ना घट्टो घट 40-50 मुंडे 2 ट्रालियां लेके जावे नाल जा रहे हैं। एक मैं विचकार की बेनती करना चाहूँगा कि जो भी कोई आप पिंड कोई समान लेके जाने या किसी भी तरह की मदद करना तो उत्थे जरूर पहले संपर्क कर लिया जाए भी उत्थे किस चीज़ की कमी है जिवें कि कल मैं सोशल मीडिया से देखा जी उत्थे बाकी समान बहुत है वाहेगुरु की कृपा दे नाल लंगर बहुत है उत्थे तरपालां की थोड़ी कमी आ रही है उसकी भी जो कोई NRI वीर या कोई भी मेरी वीडियो देख रहा तो कृपा करके उस चीज़ पर जरूर गौर की जाए ठंड के उत्थे तरपालां की बहुत जरूरत है। तो मुड़ आप फिर सवाल जवाब पर आने जिमें कि एक जरा BJP का नेता है गरेवाल वो कह रहा कि कानून किसी भी तरीके रद्द नहीं हो सकते तो एक जरा तरुण चुग इन्ह का नेता है होर नेता ने वो ये कह रहे हैं कि अगले साल जी हम सरकार BJP की आऊगी पंजाब के तुम किमें देख रहे नहीं देखो जी जोड़ा ये नेता है BJP का इन तो वैसे किसान पसंद ही नहीं करते क्योंकि इन्हें कदम किसानों के हक च कोई गल ही नहीं की वैसे TV से बोलता रहा अज न्यूज वाले को भी मैं किसान का पुत हाँ जे ये किसान का पुत हों जै किसान ने इनू माड़ा मोटा किसानों का दर्द होंदा तो एक महीना हो गया किसान सड़कों पर रुल रहे हैं तो उन्हां वास्ते क्यों नहीं इन्हें मोदी ने कहा भी भाई हाँ तू बिल वापस लै ये सब यदि बकवास है तो ये किसानों वास्ते कुछ नहीं कर रहा ये एक मोदी का चमचा समझ लो भी चमचा है मोदी का एक जिहड़ा जिवें बहुत लोग कईआं दी मजबूरियां होंदियां ने उत्थे नहीं जा सकते तां उह तुहाडे मुताबिक किवें मतलब सहयोग दे सकदे आ किसानां दे देखो भी मैं पहला असी ना मैं तुहानूं दस रहा भी जिहड़े बंदे नहीं जा सकते जिहदे कोल नहीं खर्चा हैगा तां साडे एक फौजी वीरां दा ग्रुप बनिया होया शहीद ऊधम सिंह लोक सेवा ग्रुप मैं पिछली वारी जदों इत्थों साडों उगराहां ग्रुप गया सी उहनां नूं असी 2000 रुपया दित्ता सी तेल वास्ते तेल दी उहनां फौजी वीरां ने मैनूं कहा भी तुसीं सेवा करनी है तां असी उह 2000 रुपये सेवा कीती सी ते असी अज खोआ लैके जा रहे हैं तो ये भी फौजी वीरां ने 5000 रुपये की सेवा की है उन्होंने योगदान पाया तो जिहड़ा किसान नहीं जा सकता जिहदे कोल नहीं पैसे भी है नहीं जाने किसी चीज़ की भी कोई घाट है तो वह आके साडे नाल संपर्क करन असी शहीद ऊधम सिंह लोग जिहड़ा सेवा ग्रुप बनया उहदे विच उन्हां दी जरूर मदद करांगे। मोदी BJP का IT सैल बनया होया तो आप भी किमें उस तरीके बना के की मदद कर सकते हैं किमें कर सकते देखो जिहड़ा मोदी का IT सैल बनया होया आपां नूं BJP वाले सवाल जवाब करते भी गलत बोलते हैं तो आपदे किसानों प्रति जिहड़ा हक है उत्थे आपां कमेंट करके उन्होंने दसीए वध तो वध सोशल मीडिया शेयर किया जाए ताकि उन्हों का आपां मोह तोड़ जवाब दे सके।
असी यह भी बेनती करते हैं साडे चैनल के जरिए कि जिन्हें पढ़े लिखे पिंडां दे विच नौजवान ने वो सोशल मीडिया के प्रति वध तों वध आस पास के लोगों सुचेत कर, जिवें ट्विटर बारे बहुत घट पता है, ट्विटर पर जाओ, ट्विटर पर जाके किसानां दा आई टी सैल बनो, उत्थे तुसीं उहनां दे पक्ष दे विच पोस्टां पा सकदे हो पीसफुली, मतलब सही तो सुचजी ढंग के नाल सुचजी भाषा के नाल आप किसानों के हक में उत्थे आवाज़ बुलंद कर सकते हैं। ट्विटर भी एक अजिहा मंच बन गया कि आप विरोध प्रदर्शन कर सकते हैं। देखो जी, पहला भी मोर्चे चलते आ रहे हैं शुरू तो ही, पर भी जिन्ना चिर मोदी नहीं मानता उन्ना चिर यह मोर्चा एवं चलूगा, उत्थे किसी चीज़ की घाट नहीं आने दी जाऊगी। असी इस बार खोआ लैके जा रहे हैं तो जिहड़ा साडा जथा 15 दिनों जाऊगा, असी उद्दे भी किसी चीज़ का वधिया लंगर उत्थों पुछ के जिहड़ी चीज़ उत्थे घाट हुई, जिवें तुसीं कह रहे तरपालां दी घाट है, तो साढ़े पिंड विच असी तरपाल जिहड़ी जिहड़ी भी चीज़ की उत्थे जरूरत हुई असी सारे पिंड वासी उत्थे इकट्ठा करके आप जो राशन कुछ भी चाहिए उत्थे पहुँचा के आवेंगे। तो मैं एक गल होर कहना भी जिहड़े साडे वीर उत्थे बैठे ने धरने ते साडे पिंडों गए हुए ने, जे उन्हां दे मतलब भी साडा पिंड दा ग्रुप बनया होया किसी भी चीज़ की उन्हां दे परिवार नूं जरूरत हुंदी है, जां खेत पानी लाउणा, रेह सटणी है, तो असी आपका ग्रुप साडा जिहड़ा वह सारा कुछ आपे करूगा, उन्हां नूं टेंशन लैण की कोई जरूरत नहीं। धन्यवाद। वाहेगुरु जी का खालसा, वाहेगुरु जी की फतेह। मैं क्रांतिकारी किसान यूनियन का प्रधान हाँ, पिंड लखमीर वाला, चौथी बार मैं नायब सिंह जी, चौथी बार मैं लंगर लेके जा रहा हाँ, तो नाल मेरे 35-40 बंदे भी जाते। रूपरेखा किमें बनाई हुई है भी किमें जा रहे हो उत्थे? असीं इत्थों 15-20 बंदे वग जाने जी, वो 15-20 बंदे असीं वापस भेज दें। ठीक है। एक ट्राली है जी, एक ट्रैक्टर को तंबू लगे, एक ट्राली के मूहे लगे, साढ़े 3 तंबू लगे हुए। अच्छा, उत्थे की किवें प्रबंध है उत्थे लंगर वगैरह दे? प्रबंध है जी, उत्थे साढ़े कोल दिल्लियां दा लंगर लगे हुआ जमा नाल जी, बाकी फिर असीं आपदा समान भी बहुत लेके आना उत्थे लंगर घूमे। जे मान लो उत्थे कोई कंबल वगैरह जां कोई सर्दी वाले कपड़े की जरूरत पैंदी है तो उत्थे वह भी? बाबा दिल्ली वाले की कृपा जी साढ़े ते, सानू 10-15 रजाइयां भी उन्होंने फालतू दित्तियां हुई ने, बाकी फिर असीं कंबल इत्थों जिहड़े लैके गए उत्थों चाक के नहीं लैके आउंदे, जिहड़ी संगत जाती है वह कपड़े नाल वरत लैंदी है जी। ਇੱਥੇ ਅਸੀਂ ਸਿਰਫ 2 ਕੁੜਤੇ ਪਜਾਮੀ ਲੈ ਕੇ ਜਾਂਦੇ ਹਾਂ। ਅਸੀਂ ਜੀ ਇੱਥੋਂ ਤਾਂ ਹੀ ਹਾਂ, ਸਾਡੀ ਮਤਲਬ ਨਹੀਂ ਆਦਾ ਲੋਕਾਂ ਦੀ, ਜੇ ਮੰਨ ਲਓ ਜਿਹੜਾ ਪਾਲੇ ਤੋਂ ਜਾਂ ਸਾਡੇ ਬਾਹਰ ਬੈਠੇ ਕਿਸਾਨ ਆ ਪਾਲੇ ਤੋਂ ਜਾਂ ਕਈ ਚੀਜ਼ ਤੋਂ, ਅਸੀਂ ਖੁੰਡ ਨੇ ਪੁਰਾਣੇ ਜਿਹੜੇ ਸਾਡੇ ਚੜੇ ਹੋਏ ਆਈਟਮ 'ਤੇ ਉਹਨਾਂ ਖੁੰਡਾਂ ਨੂੰ ਲਾ ਕੇ ਜਾਵਾਂਗੇ, ਉਹਨਾਂ ਕਿਸਾਨਾਂ ਖਾਤਰ ਪਾਵੇ ਮਰਦਾ ਖਾਤਰਾ ਖੁੰਡ ਲਾ ਕੇ ਜਾਵਾਂਗੇ, ਬੱਚਾ ਤੋਂ ਰਜਾਈਆਂ ਲਾ ਕੇ ਜਾਵਾਂਗੇ, ਉਹਨਾਂ ਖਾਤਰ ਸਿਹਤ ਖਾਤਰ ਜਿਹੜੇ ਲੜ ਰਹੇ ਨੇ ਉਹਨਾਂ ਖਾਤਰ ਇੱਥੋਂ ਦਾ ਹੀ ਅਸੀਂ ਜਿੱਥੋਂ ਤਾਂ ਹੀ ਸਾਡੀ ਸਾਰੀ ਆ ਸਾਰੀ ਦੇ ਸਾਰੇ ਸਾਨੂੰ ਕੋਈ ਇਹ ਮਤਲਬ ਨਹੀਂ ਆ ਇਹ ਸਵਾਤ ਵਿੱਚ ਕਿਸਾਨਾ ਭਲੇ ਸੋਨ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੋਗੇ ਜਿਹੜੀ ਤੁਹਾਡੇ ਵੱਲੋਂ? ਇਹ ਤੁਹਾਨੂੰ ਪਤਾ ਹੀ ਹੈ ਜੀ, ਜੋ ਕਾਨੂੰਨ ਲੈ ਕੇ ਆਏ ਮੋਦੀ 3 ਬਹੁਤ ਮਾੜੇ ਨੇ ਜੀ, ਜਦ ਕਿਸਾਨ ਹੀ ਰਹਿਣਗੇ ਮੇਰੇ ਵਰਗੇ ਮਜ਼ਦੂਰ ਕਿੱਥੇ ਰਹਿਣਗੇ। ਇਹਦੇ ਲਈ ਮੈਂ ਲਗਾਤਾਰ ਸੇਵਾ ਕਰ ਰਿਹਾ ਜੀ ਲੰਗਰਾਂ ਦੇ ਵਿੱਚ। ਹਾਂਜੀ ਹਾਂਜੀ, ਇਸੇ ਪਿੰਡ ਦਾ ਵਸਨੀਕ ਹੈ ਜੀ ਮੈਂ। ਇਹਨਾਂ ਜੀ ਪ੍ਰਗਟ ਖਾਨ ਨੇ ਜੀ, ਹਲਵਾਈ ਨੇ, ਇਹਨਾਂ ਨੇ 3000 ਫੰਡ ਦਿੱਤਾ ਜੀ। ਜਦੋਂ ਪਹਿਲੀ ਰੈਲੀ ਗਈ ਆ 20 ਕਿਲੋ ਰਸਗੁੱਲੇ ਭੇਜੇ ਜੀ, ਦੂਜੇ ਜਦੋਂ ਕਾਫਲਾ ਗਿਆ ਜੀ ਫਿਰ 20 ਕਿਲੋ ਲੱਡੂ ਭੇਜੇ ਜੀ, ਜਦੋਂ ਵੀ ਕੋਈ ਕਾਫਲਾ ਜਾਂਦਾ ਮਿਠਾਈ ਫ੍ਰੀ ਭੇਜਦਾ ਜੀ, ਅਤੇ ਹੁਣ ਕੱਲ੍ਹ ਤੋਂ ਇਹ ਖੋਆ ਬਣਾ ਰਿਹਾ, ਬਿਲਕੁਲ ਫ੍ਰੀ ਸੇਵਾ ਕਰ ਰਿਹਾ ਜੀ, ਇਹਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ। ਸੋ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਇੱਕ ਸਾਂਝਾ ਮੋਰਚਾ ਬਣ ਚੁੱਕਿਆ ਹੈ, ਇਹ ਸਾਡਾ ਮੁਸਲਿਮ ਵੀਰ ਹੈ, ਕੀ ਨਾਮ ਹੈ ਸਰ ਜੀ? ਪ੍ਰਗਟ ਖਾਨ। ਪ੍ਰਗਟ ਖਾਨ ਸਾਡਾ ਵੀਰ ਹੈ, ਇੱਕ ਮੁਸਲਿਮ ਵੀਰ ਹੈ, ਸਾਰੇ ਧਰਮਾਂ ਦਾ ਅਤੇ ਸਾਰੇ ਵਰਗਾਂ ਦਾ ਇੱਕ ਸਾਂਝਾ ਮੋਰਚਾ ਹੋ ਚੁੱਕਿਆ ਹੈ। ਅਸੀਂ ਵੀਰ ਜੀ ਦੇਖੋ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਪਿੰਨੀਆਂ ਤਿਆਰ ਕਰ ਰਹੇ ਹਾਂ, ਅਸੀਂ ਇਹ ਸਾਰੇ ਉੱਥੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਪਿੰਨੀਆਂ ਤਿਆਰ ਕਰਕੇ ਇੱਥੋਂ ਭੇਜ ਰਹੇ ਹਾਂ। ਠੀਕ ਹੈ। ਹਾਂਜੀ, ਇਹ ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਮਾਤਾਵਾਂ ਜਾਂ ਬਜ਼ੁਰਗ ਉੱਥੇ ਜਾਂਦੇ ਹੋਣਗੇ? ਗਏ ਆ? ਹਾਂਜੀ ਹਾਂਜੀ, ਬਹੁਤ ਗਏ ਨੇ, ਮੇਰੇ ਖੁਦ ਦੇ ਘਰਾਂ ਵਾਲਾ ਵੀ ਗਿਆ ਹੋਇਆ ਜੀ, ਅਸੀਂ 2 ਹੀ ਜਣੇ ਆ, ਮੈਂ ਘਰੇ ਹਾਂ, ਉਹ ਸੰਘਰਸ਼ 'ਚ ਗਏ ਹੋਏ ਨੇਗੇ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਇਸ ਤਾਂ ਵੀਰ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਵੇਂ ਮੋਦੀ ਨੇ ਹੁਣ ਪਹਿਲਾਂ ਤਾਂ 2000 ਦੇ ਕੇ ਲੋਕ ਮਗਰ ਲਾ ਲਏ, 2000 ਦੇ ਕੇ ਮਗਰ ਲਾ ਕੇ ਮਗਰੋਂ ਨੋਟਬੰਦੀ ਕਰ ਦਿੱਤੀ, ਉਹ ਤੋਂ ਬਾਅਦ 'ਚ ਦੇਖਿਆ ਹੁਣ ਇਹਨੇ ਇਹ ਮੁੱਦਾ ਕਰ ਲਿਆ ਵੀ ਹੁਣ ਤਾਂ ਕਾਲੇ ਕਾਨੂੰਨ ਪਾਸ ਕਰ, ਵੀ ਇਹਨੇ ਇਹ ਸੋਚਣਾ ਸੀ ਵੀ ਜੱਟਾਂ ਦਾ ਗਲ ਘੁੱਟਣਾ ਸੀ ਤਾਂ ਉਹੀ ਘੁੱਟ ਦਿੰਦਾ, ਆਹ ਕਾਨੂੰਨਾਂ ਵਾਸਤੇ ਨਹੀਂ ਸੀ ਆਹ ਕੁਛ ਕਰਨਾ। ਪਹਿਲਾਂ ਜੀ ਦੇਖੋ ਮੋਦੀ ਨੇ ਇਹ ਕਾਲੇ ਕਾਨੂੰਨ ਪਾਸ ਕੀਤੇ 3, ਜਦੋਂ ਇਹ ਸਾਨੂੰ ਜੱਟਾਂ ਨੂੰ ਹੀ ਨਹੀਂ ਮਨਜ਼ੂਰ, ਇਹ ਫਿਰ ਇਹਨਾਂ ਨੇ ਇਕੱਲਿਆਂ ਨਹੀਂ ਅੰਦਰ ਬਹਿ ਕੇ ਕਾਨੂੰਨ ਪਾਸ ਕਰਤੇ, ਪਹਿਲਾਂ ਇਹਨਾਂ ਨੂੰ ਐਂ ਸੀ ਵੀ ਦੂਜੇ ਲੋਕ ਡਰ ਜਾਂਦੇ ਨੇ, ਹੁਣ ਪੰਜਾਬ ਦੇ ਕਿਸਾਨ ਵੀ ਇੱਦਾਂ ਹੀ ਡਰ ਜਾਣਗੇ,
पर असी उन्हां चों नहीं गए जो डर जाएंगे असी हुण इहदी संगी दब के ये तो ये तिन्ने काले कानून रद्द करवाने हैं जिन्ना चिर ये काले कानून रद्द नहीं होणगे साडा संघर्ष इदां ही जारी रहूगा। लंगर दी तां नहीं कमी आउण दिंदे उत्थे? नहीं नहीं जी लंगर की कोई कमी नहीं आउण दिंदे जो भी चीज़ की जरूरत पेगी असी भेज रहे हैं भेजते रहेंगे। बहुत बहुत धन्यवाद। थैंक यू जी। ना की बेटा थोड़ा? मेरा नाम जशनप्रीत कौर है। केड़ी क्लास से पढ़ते हो? हम नौवीं च। अच्छा ऐसे पिंड च? नहीं अक्कां वाली पढ़ते हैं। असी कहने हाँ कि जो साडे भैण भरा मेरे माँ प्यो वीर बजुर्ग उत्थे बैठे आ असी उन्हां लई खोआ बना रहे हैं वड्डे पद्धर ते ते असी जिहड़े मोदी ने काले कानून बनाए आ उन्हां नूं असी रद्द करके रहांगे उन्हां पास नहीं होंदे ने। मैं कदे कहता भी मैं भी जाऊँगी और कोई ठंड होवे कुछ मर्जी असी डोलदे नहीं उत्थे। ठीक है घर गए पहला जाएंगे नाल? हाँ गए आ मेरे नाल भी जाएंगे। जिहड़े होर जिवें थोड़े नाल होर बहुत छोटे छोटे बच्चे है तुसी की इन्हां नूं की कहना चाहोगे? इन्हां नूं भी कहना चाहुंदे भी तुसी साडे नाल जाओ आपां काले कानून रद्द करा के आईए। ठीक है तुसी देख रहे हो लखमीर वाला पिंड दे विच पहुंचे हुए इत्थे जिहड़ा मातावां द्वारा खोई दियां पिन्नियां बट्टियां जा रही जिहड़ियां कि किसानां नूं धरने ते बैठे किसान दिल्ली मोर्चे ते उत्थे भेजियां जाणगियां। गल्लबात करदे हां मातावां दे नाल। हाँ जी माता जी की कहना चाहोगे? अस्ता जी कानून कहेंगे साडे तां जिहड़े बैठे ने उत्थे धरने ते पाले मरदे नेगे साडे बच्चे साडे सारे बजुर्ग उत्थे मौतां हो जांदियां ने ते मोदी दी मौत क्यों नहीं हुंदी गी ते फिर असी सारे उत्थे पाले मरदे हैगे साडे बजुर्ग मरदे जिहड़े मोदी ने कानून काले चलाए ने उह रद्द हो जाण ते साडे हक च हो जाण। असी पिन्नियां वट रहे हैगे असी उत्थे भेज रहे हैगे ਬੱਚਿਆਂ ਨੂੰ ਜਿਹੜੇ ਪਾਲੇ ਮਰਦੇ ਤੇ ਭੁੱਖੇ ਮਰਦੇ ਨੇ। ਅਸੀਂ ਤਾਂ ਭਾਈ ਪੁੱਤ ਬੱਚੇ ਰੋਂਦੇ ਨੇ ਬਹੁਤ ਸਾਡੀ ਕੋਈ ਗਰਜ ਨਹੀਂ ਹੋ ਰਹੀ। 6 ਮਹੀਨੇ ਹੋ ਗਏ ਸਾਨੂੰ ਘਰ ਛੱਡਿਆਂ ਨੂੰ ਹੈ ਕੋਈ ਸਾਡਾ ਬੰਦੋਬਸਤ ਕਰਦਾ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਹਾਂ ਵੀ ਸਾਡੇ ਜਿਹੜੇ ਬਜ਼ੁਰਗ ਨੇ ਜਿਹੜੀਆਂ ਬੁੜੀਆਂ ਮਾਈਆਂ ਨੇ ਬੱਚੇ ਨੇ ਮੇਰਾ ਵੀ ਕਾਕਾ ਗਿਆ ਹੋਇਆ ਹੋਰ ਵੀ ਪਿੰਡ 'ਚੋਂ ਬਹੁਤ ਕਾਕੇ ਗਏ ਨੇ ਉਹੋ ਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਹਿੰਦੀ ਹਾਂ ਵੀ ਜੰਗ ਜਿੱਤ ਕੇ ਆਉਣਗੇ ਅਤੇ ਮੋਦੀ ਦਾ ਕੋਈ ਕਰੋ ਫੈਸਲਾ ਮੋਦੀ ਨੂੰ ਕਹੋ ਵੀ ਅਸੀਂ ਤੈਨੂੰ ਛੱਡਣਾ ਨਹੀਂ ਜੀ ਹਾਂ ਵੀ ਅਸੀਂ ਜੰਗ ਜਿੱਤ ਕੇ ਆਵਾਂਗੇ ਜੀ ਅਸੀਂ ਸਾਨੂੰ 6 ਮਹੀਨੇ ਬਹਾ ਲਓ ਸਾਲ ਬਹਾ ਲਓ ਜੀ ਸਾਡੇ ਅਸੀਂ ਕਿਸਾਨ ਅਸੀਂ ਖਾਵਾਂਗੇ ਕੀ ਹੈਂ ਅਸੀਂ ਤਾਂ ਜ਼ਮੀਨਾਂ ਦੇ ਸਿਰ 'ਤੇ ਟਾਈਮ ਪਾਸ ਕਰਦੇ ਹਾਂ ਦਿਹਾੜੀਆਂ ਸਾਥੋਂ ਨਹੀਂ ਹੁੰਦੀਆਂ ਆਹ ਨੰਨੂ ਸ਼ਾਹ ਜਿਹੜੇ ਹੋਰ ਕਮੈਟਣ ਕੁਟਣ ਜੇ ਉਹ ਚੁੰਨੀਆਂ ਮਟਾਉਂਦੀਆਂ ਸੀ ਪੱਗਾਂ ਮਟਾਉਂਦੇ ਸੀ ਹੁਣ ਸਾਰੇ ਇੱਕ ਹੋ ਰਹੇ ਨੇ ਜੀ ਸਾਡੀ ਕੋਈ ਬਾਤ ਨਹੀਂ ਸੁਣ ਰਿਹਾ ਅਸੀਂ ਹੱਥ ਬੰਨ੍ਹ ਕੇ ਕਹਿੰਦੇ ਹਾਂ ਵੀ ਸਾਡਾ ਕੋਈ ਸੁਣੋ ਸਾਡਾ ਜੀ ਕਾਨੂੰਨ ਸਾਡਾ ਕਾਲੇ ਕਾਨੂੰਨ ਸਾਡੇ ਜੀ ਵਾਪਸ ਹੋ ਜਾਣ ਗੁਰੂ ਆ ਜੀ ਅਸੀਂ ਜਿੰਨੇ ਚਿਰ ਬੈਠਾ ਗਏ ਉਹਨਾਂ ਚਿਰ ਹੀ ਬੈਠਾਂਗੇ ਅਸੀਂ ਦੇਖੀ ਜਿੰਦੇ ਆਂਗੇ ਰੱਦ ਹੋਣਾ ਚਾਹੀਦੇ ਨੇ ਉਹੀ ਸਾਨੂੰ ਪਾਰ ਲਾਊਗਾ ਪਹਿਲਾਂ ਕਿਹੜਾ ਜੋੜਿਆ ਨੇ ਕੁਰਬਾਨੀਆਂ ਨਹੀਂ ਕੀਤੀਆਂ ਜਿਵੇਂ ਸ਼ਹੀਦੀ ਦਿਹਾੜੇ ਦਿਨ ਚੱਲ ਰਹੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹ ਸਾਨੂੰ ਸਿਖਿਆ ਕੇ ਗਏ ਆ ਬਲੀਦਾਨ ਦੇ ਉਹ ਸਿਖਿਆ ਕੇ ਉਹਦੇ ਬੱਚਿਆਂ ਕੋਲ ਉਹੀ ਦਿਨ ਜੀ ਸਾਡੇ ਤੇ ਆ ਰਹੇ ਨੇ ਗੁਜਰੀ ਮਾਤਾ ਹਾਂ ਅਸੀਂ ਆ ਉਹਨਾਂ ਸੇਵਾ ਕਰਦੇ ਆ ਸਰਸਾ ਨਦੀ ਚ ਦੇਖ ਮੈਂ ਗੋਤੇ ਖਾਂਦੇ ਗਏ ਹੈ ਜੀ ਅਸੀਂ ਇਹੀ ਕੁਰਬਾਨੀਆਂ ਕਹਿੰਦੇ ਆ ਵੀ ਅਸੀਂ ਉਹੀ ਕੁਰਬਾਨੀਆਂ ਕਰਕੇ ਆਵਾਂਗੇ ਜਿਸ ਤੋਂ ਕੁਰਬਾਨੀ ਕਰਕੇ ਮਾਤਾ ਜਿਹੜਾ ਮੋਦੀ ਆਪਣੇ ਜ਼ਮੀਨਾਂ ਖੋਣ ਤੇ ਲੱਗਿਆ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਉਹਨੂੰ ਅਸੀਂ ਬੇਟਾ ਐਂ ਕਹਿਦੇ ਆ ਵੀ ਪਹਿਲਾਂ ਤਾਂ ਸਾਡੀ ਨੋਟਬੰਦੀ ਹੋਈ ਉਦੋਂ ਬਾਅਦ ਸਾਡੀ ਕਰੋਨਾ ਹੋਈ ਕਰੋਨਾ ਤੋਂ ਬਾਅਦ ਸਾਡੇ ਬੱਚਿਆਂ ਦੇ ਸਕੂਲ ਵੀ ਬੰਦ ਹੋ ਗਏ ਬੱਚੇ ਅੰਦਰ ਬਹਿ ਗਏ ਦੁਨੀਆ ਅੰਦਰ ਵਾੜ 'ਚ ਇਹਨਾਂ ਨੇ ਮੂੰਹ ਪੱਟੀਆਂ ਕਰਕੇ ਉਦੋਂ ਬਾਅਦ ਸਾਡੇ ਜ਼ਮੀਨਾਂ ਦੀ ਇਹਨੇ ਕੋਸ਼ਟ ਕਰੀ ਹੁਣ ਖੋਹਣ ਦੀ ਵੀ ਅਸੀਂ ਹੁਣ ਉਦਣ ਦੇ ਧਰਨੇ ਲਾਉਂਦੇ ਹਾਂ 6 ਮਹੀਨੇ ਹੋ ਗਏ ਉਦੋਂ ਬਾਅਦ ਸਾਡੇ ਧਰਨਾ ਦਾ ਕੋਈ ਅਸਰ ਨਹੀਂ ਹੋਇਆ ਹੁਣ ਸਾਡੇ ਵੀਰ ਭਰਾ ਮਾਤਾ ਸਾਰੀਆਂ ਦਿੱਲੀ 'ਚ ਰੁਲਦੀਆਂ ਨੇ ਸੜਕਾਂ 'ਤੇ ਬੈਠੇ ਹਾਂ ਅੱਛਾ ਮਗਰੋਂ ਅਸੀਂ ਖੇਤੀ ਸੰਭਾਲਦੀਆਂ ਬੁੜੀਆਂ ਆਪ ਹੀ ਰੇਹ ਪਾਉਂਦੇ ਆਪ ਹੀ ਸਪਰੇਅ ਕਰਦੇ ਹਾਂ ਪਾਣੀ ਲਾਉਂਦੇ ਹਾਂ ਦੱਸੋ ਫਿਰ ਇਹਦਾ ਕੀ ਹੱਲ ਹੋਵੇ ਮੋਦੀ ਨੇ ਸਾਡੇ ਨਾਲ ਬਹੁਤ ਬੁਰੀ ਬਣਾਈ ਹੈ ਆਪਣੇ ਪਿੰਡ ਦੇ ਵਿੱਚੋਂ ਮਾਤਾਵਾਂ ਗਈਆਂ ਨੇ ਧਰਨੇ 'ਤੇ ਗਈਆਂ ਨੇ ਆਪਣੇ ਕਹਿ ਕੇ ਗਈਆਂ ਨੇ ਬਹੁਤ ਬੁੜੀਆਂ ਗਈਆਂ ਨੇ ਧਰਨੇ 'ਤੇ ਜੇ ਉਹਨਾਂ ਦੇ ਧਰਨੇ ਦਾ ਵੀ ਕੋਈ ਅਸਰ ਹੋਵੇ ਬੱਚੇ ਨੇ ਛੋਟੇ ਛੋਟੇ ਉਹ ਰੁਲਦੇ ਸੜਕਾਂ 'ਤੇ ਅਤੇ ਠੰਡ ਦਾ ਟਾਈਮ ਹੈ ਆਪਾਂ ਅੰਦਰ ਬੈਠਿਆ ਉੱਥੇ ਸੜਕਾਂ 'ਤੇ ਰੁਲਦੀਆਂ ਨੇ ਇੱਕ ਆ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਅੱਜ ਕਿਸਾਨ ਕੀ ਭੇਜਿਆ ਜਾ ਰਿਹਾ ਇਹ ਅਸੀਂ ਜੀ ਖਾਣਾ ਦਾਣਾ ਕਰਿਆ ਸਾਡੇ ਵੀਰ ਭਰਾਵਾਂ ਨੂੰ ਖੋਏ ਦੀਆਂ ਪਿੰਨੀਆਂ ਵੱਟ ਰਹੇ ਹੈ ਉਹਨਾਂ ਨੂੰ ਖਾਣਾ ਭੇਜਣਾ ਹੈ ਉੱਥੇ ਬੈਠੇ ਨੇ ਸੜਕਾਂ 'ਤੇ ਠੰਡ ਦਾ ਟਾਈਮ ਹੈ ਬੱਚੇ ਨੇ ਨਾਲ ਭੁੱਖੇ ਝਾਈ ਉਹ ਬੈਠੇ ਨੇ ਅਤੇ ਅਸੀਂ ਖਾਣਾ ਇਹ ਬਣਾ ਰਹੇ ਹਾਂ ਉਹਨਾਂ ਨੂੰ ਅਸੀਂ ਭੇਜ ਰਹੇ ਹਾਂ ਠੀਕ ਹੈ ਧੰਨਵਾਦ ਜਿਵੇਂ ਕਿ ਆਪਾਂ ਦੇਖਦੇ ਹਾਂ ਜਿਹੜਾ ਸੰਘਰਸ਼ ਚੱਲ ਰਿਹਾ
तिने खेती जिहड़े बिलां दे खिलाफ इह कोई हुण कल्ले किसानां दा मोर्चा नहीं रहा, यह सारे हर एक वर्ग का सांझा मोर्चा होगा क्योंकि किसानां दे नाल हर एक वर्ग जुड़िया होया। तो आपां जिहड़ा पंजाब ते हरियाणा नूं सियासत दे रंग विच जिहड़ा बहुत पहलां लड़ाया जांदा सी, जिवें पाणी दे मसले ते वख एक दूजे दे प्रति नफरत भरन की कोशिश की जा रही थी राजनीति वल्लों, वह भी हुण आपां उत्थे धरने दे जाके देखदे आं। हरियाणा ते पंजाब बिल्कुल एक हो रहे ने, तो बड़ी जिहड़ी हरियाणे दे किसानां वल्लों भी सेवा भेजी जाती है, बहुत ज़्यादा मात्रा दे विच लस्सी तरह तरह के खाने पकवान उत्थे भेजे जाते हैं। इस तरह पिंडां दे विच भी जिहड़े वर्ग जिवें मजदूर वर्ग हो गया वह भी किसानां दे नाल सहयोग दे रहे हैं। तो साडे नाल वीर जी की नाम है अपना? मेरा नाम पाला सिंह है। पाला सिंह साडे नाल नहीं, दस तुसीं दसो जी मतलब किवें जिहड़ा मजदूरां दा ते किसानां दा सांझा मोर्चा है ते पिंड दे विच की माहौल है? देखो जी, साडा पिंड है लखमीर वाला, जिला मानसा, ते पंजाब तों बोलदे आ। साडा मेरे कोल जमीन नहीं, मैं मजदूर हाँ जी, पर मैं किसानां दे नाल हाँ जी, क्योंकि असीं सवेर तों लैके शाम तक किसान का दिता ही खाने जी। बिल्कुल ठीक है जी, सब्जी है, दुध है, कणक है जी, तो असी मजदूर किसान तो दूर नहीं है जी, साढ़ा 9 मार्च का रिश्ता है, असी किसान के नाल हाँ, तो पूरा असी दिल्ली के बैठे हैं जी बराबर जी। सर तुम देखा जिम्मे कि कहना जिमें आप कह दें आड़ती है तो जोड़ा किसान का 9 मार्च का रिश्ता है, उस तरह मजदूर नाल भी 9 मार्च का रिश्ता किसान का, असी एक दूजे जुड़े हुए हैं, एक दूजे के उत्ते निर्भर हाँ। तो इस तरह होर भी असी पिंडां दे विच जा के जिहड़ा किसानां नाल गलबात करांगे। दिल्ली मोर्चे दीआं तस्वीरां साडे टीवी दे जरिए तुसीं देखते रहने हो, असी अपने टीवी वल्लों ये अपील करदे आं ते तुहानूं दसना चाहुंदे आं कि असी कोई साडा जिहड़ा चैनल है बिल्कुल निरपक्ष चैनल है, किते भी किसान वीरां नूं अपनी कोई खबर जां कोई मैसेज कोई पहुँचाउणा चाहुंदा है सोशल मीडिया दे जरिए साडे चैनल दे जरिए तां साडे नाल संपर्क कर सकदा है, असी बिल्कुल निरपक्ष हो के जिहड़ा अपने उन्हां दी जिहड़ी मैसेज नूं दूर दूर तक पहुँचावांगे। सो इन्हें दे नाल मैनूं इजाजत दिओ, अगली बार फिर मिलदे हां। वाहिगुरू जी का खालसा, वाहिगुरू जी की फतेह।